ਹਾਂਜੀ ਸਰਲਾ ਭੈਣ ਜੀ, ਸਰਲਾ ਭੈਣ ਜੀ, ਤੁਸੀਂ ਮੈਨੂੰ ਇੱਕ ਗੱਲ ਦੱਸੋ, ਕਿਆ ਮਾਂ ਪੁੱਤਰ ਇਕੱਲੇ ਬਹਿ ਕੇ ਗੱਲਾਂ ਨਹੀਂ ਕਰ ਸਕਦੇ? ਮੇਰੇ ਪੁੱਤਰ ਨੂੰ ਇੱਕ ਛੁੱਟੀ ਮਿਲਦੀ ਹੈ, ਦੋ ਗੱਲਾਂ ਬੰਦਾ ਕਰ ਵੀ ਲਏ ਤਾਂ ਕੀ ਹਰ ਜਗ੍ਹਾ? ਭੈਣ ਜੀ, ਜਦ ਵੀ ਮੈਂ ਆਪਣੇ ਪੁੱਤਰ ਦੇ ਨਾਲ ਇਕੱਲੀ ਬਹਿਨੀ ਹਾਂ ਨਾ, ਇਹ ਜ਼ਰੂਰ ਵਿੱਚ ਆਉਂਦੀ ਹੈ ਕੋਈ ਨਾ ਕੋਈ ਬਹਾਨਾ ਕਰਕੇ, ਇੰਨੀ ਤੇਜ਼ ਹੈਗੀ ਹੈ। ਭੈਣ ਜੀ, ਮੈਨੂੰ ਲੱਗਿਆ ਸੀ ਪੁੱਤਰ ਦੀ ਸ਼ਾਦੀ ਤੋਂ ਬਾਅਦ ਮੈਨੂੰ ਕੋਈ ਸੁੱਖ ਮਿਲਣਾ, ਲੇਕਿਨ ਮੈਨੂੰ ਕੀ ਮਾਲੂਮ ਸਾ ਮੇਰੀ ਕਿਸਮਤ 'ਤੇ ਸੁੱਖ ਹੀ ਨਹੀਂ ਹੈਗਾ। ਜਦ ਦੀ ਵਿਆਹੀ ਆ ਭੈਣ ਜੀ, 35 ਸਾਲ ਹੋ ਗਏ, ਮੈਂ ਕਿਹੜਾ ਸੁੱਖ ਵੇਖਿਆ? ਸੱਸ ਮਿਲੀ ਉਹ ਇੰਨੀ ਕਪੱਤੀ, ਭੈਣ ਜੀ ਇੰਨੀ ਡਾਢੀ ਸੀ, ਮੈਂ ਨਹਾਉਣ ਜਾਂਦੀ ਸੀ, ਮੇਰੀ ਚੱਕੀਆਂ ਨਾਪਦੀ ਸੀ ਕਿ ਮੈਂ ਕਿੰਨਾ ਸਾਬਣ ਯੂਜ਼ ਕਰਨੀ ਆ, ਸਹੁਰਾ ਫਰਿੱਜ ਨੂੰ ਤਾਲੇ ਲਾ ਕੇ ਰੱਖਦਾ ਸੀ। ਅਤੇ ਭੈਣ ਜੀ, ਦਰਾਨੀਆਂ ਜਠਾਨੀਆਂ 'ਤੇ ਜੇ ਮੈਂ ਬੋਲਣਾ ਸ਼ੁਰੂ ਹੋ ਗਈ ਨਾ ਭੈਣ ਜੀ, ਗੇਮ ਆਫ ਥਰੋਨਸ ਦੇ 6 ਸੀਜ਼ਨ ਨੇ, ਇਹਨਾਂ 'ਤੇ 15 ਸੀਜ਼ਨ ਬਣ ਜਾਣ, ਹੋਰ ਕੀ।